กินมาแล้วตัวเองฝ่ายอยู่นะหันจีกี่ตาสารีเวลคัมแบ็กทูมายชแนลมีแต่ที่สารีแคนด์ออกไปเตะพิเศษจะคือวิดีโอบ่อยทั้งไวรัลโอ้รีฮีเตะอาปาตันแลกเฉลี่ยโอ้เทเตะบล็อกเดจบันเฮเรโอคิดเทแลกเฉลี่ยตุยขอดูดีเขียวเนาะเลยการเดทเทสต์กี่โมลจ้าเลยการเดทกี่ตาถ้าโอ้เทโมลเลยก้าวเตะเอาเฟอร์บินาไทม์เวสต์กี่เตะอาปาเทเฉลี่ยตัวเฟอร์ਕੀ ਪਹੁੰਚ ਚੁੱਕਿਆ ਬਾਪੂ ਕੋਲ ਤੇ ਆ ਦੇਖ ਸਾਡੇ ਤੇ ਪਿੱਛੇ ਰਾਸ਼ ਰਾਸ਼ ਵੀ ਸਰ ਤੇ ਪਿੱਛੇ ਕਿੰਨਾ ਹੈਗਾ ਜੀ ਜਾਓ ਤਾਂ ਇਹ ਸਾਹਮਣੇ ਦਰਸ਼ਨ ਕਰਾਉਂਦੇ ਫਿਰ ਹਾਂਜੀ ਅਸੀਂ ਪਹੁੰਚ ਚੁੱਕੇ ਆ ਬਾਪੂ ਕੋਲ ਤੇ ਦੇਖ ਸਕਦੇ ਤੁਸੀਂ ਬਾਪੂ ਜੀ ਕਿੰਨਾ ਰਾਸ਼ ਹੈਗਾ ਵਾ ਦੂਰੋਂ ਦੂਰੋਂ ਲੋਕ ਆ ਰਹੇ ਆਓ ਤੁਹਾਨੂੰ ਬਾਪੂ ਦੀ ਹੁਣ ਰੈਸਪੀ ਅਤੇ ਵੇਖੋ ਛੋਲੇ ਪਿਆਜ਼ ਅਤੇ ਆਪਣਾ ਆਲੂ ਅਤੇ ਆਹ ਵੇਖੋ ਬਾਪੂ ਜੀ ਦੀ ਕਾਂਜੀ ਅਤੇ ਇੱਧਰ ਵੇਖੋ ਰਾਸ਼ ਪੂਰਾ ਫੁੱਲ ਪਿਆ ਆ ਵਾ ਦੂਰੋਂ ਦੂਰੋਂ ਲੋਕ ਆ ਰਹੇ ਆ ਕੀ ਹਾਲ ਜੀ ਠੀਕ ਆ ਵਧੀਆ ਜੀ ਦੇਖ ਸਕਦੇ ਤੁਸੀਂ ਰਸ਼ ਹੋਇਆ ਤੇ ਕੋਈ ਕਮੀ ਨਹੀਂ ਹੈਗੀ ਫੁੱਲ ਨਾ ਰਸ਼ ਪਿਆ ਹੈ ਪੂਰਾ ਆ ਕੇ ਭੜੀ ਪਈ ਹੈ ਕੀ ਮਾਂ ਵਾਲੇ ਤਾਂ ਆਏ ਅੱਛਾ ਤੁਸੀਂ ਭਾਅ ਜੀ ਡਰਮਾ ਵਾਲੇ ਵੀ ਆ ਦੇਖ ਸਕਦੇ ਰਸ਼ ਬਹੁਤ ਹੋ ਗਿਆ ਅਤੇ ਗਾਹਕ ਬਹੁਤ ਹੀ ਜ਼ਿਆਦਾ ਗਾ ਵਾ ਅਤੇ ਬਾਪੂ ਭੁਗਤਿਆਂ ਨਹੀਂ ਜਾ ਰਿਹਾ ਗਾਹਕ ਉਹਨਾਂ ਨੇ ਆਪਣਾ ਬੇਟਾ ਵੀ ਨਾਲ ਲਾਇਆ ਵਾ ਪਰ ਅੱਜ ਕੋਈ ਕੰਮ ਜਾਂ ਕੁਛ ਹੋਣ ਕਰਕੇ ਬੇਟਾ ਉਹਨਾਂ ਦਾ ਨਹੀਂ ਆਇਆ ਅਤੇ ਵੇਖੋ ਤੁਸੀਂ ਮਿੰਟੋ ਮਿੰਟ ਕਿਵੇਂ ਪੰਜ ਛੇ ਜਣੇ ਇਕੱਠਿਆਂ ਨੂੰ ਗੋਲ ਗੱਪੇ ਦਿੱਤੇ ਰਹੇ ਇੱਧਰ ਮੈਨੂੰ ਵੀ ਘੱਟੋ ਘੱਟ 15-20 ਮਿੰਟ ਹੋ ਗਏ ਵੇਟ ਕਰ ਰਹੇ ਹਾਲੇ ਤੱਕ ਵਾੜੀ ਨਹੀਂ ਆਈ ਚਲੋ ਵੇਖਦੇ ਹਾਂ ਕਿ ਕਦੋਂ ਵਾੜੀ ਹੁੰਦੀ ਆ ਲੋਕਾਂ ਨੂੰ 15-15-20 ਮਿੰਟ ਖਲੋਣਾ ਪੈ ਰਿਹਾ ਨਾ ਤਾਂ ਵੀ ਖਲੋ ਰਹੇ ਆ ਪਰ ਕਹਿੰਦੇ ਗੋਲ ਗੱਪੇ ਬਾਪੂ ਜੀ ਕੋਈ ਖਾਣੇ ਆ ਅਤੇ ਦੇਖ ਸਕਦੇ ਤੁਸੀਂ ਪਿੱਛੇ ਵੀ ਮੇਰੇ ਲਾਲ ਕੋਈ ਖਲੋਤਾ ਚਾਟ ਮੰਗ ਰਿਹਾ ਸੀ ਚਾਟ ਪਰ ਬਾਪੂ ਕੋਲ ਟਾਈਮ ਨਹੀਂ ਹੈਗਾ ਸੀ ਅਤੇ ਫਿਰ ਕਹਿੰਦਾ ਬਾਪੂ ਜੀ ਗੋਲ ਗੱਪੇ ਹੀ ਖਵਾ ਦਿਓ ਚਾਟ ਨਹੀਂ ਅਤੇ ਉਹ ਵੇਖੋ ਬਾਪੂ ਨੇ ਕਾਂਜੀ ਵਾਸਤੇ ਵੀ ਰੱਖੀ ਹੋਈ ਕੋਲੀ ਰੱਖੀ ਨਾਰੀਅਲ ਦਾ ਗੁੱਪਾ ਰੱਖਿਆ ਫਾਈਨਲੀ ਪਲੇਟ ਤੁਹਾਨੂੰ 15-20 ਮਿੰਟ ਬਾਅਦ ਪਲੇਟ 'ਤੇ ਮਿਲ ਗਈ ਹੁਣ ਵੇਖੋ ਵਿੱਚ ਗੋਲ ਗੁੱਪਾ ਪਲੇਟ 'ਤੇ ਕਦੋਂ ਪੈਂਦਾ ਵਾ ਕਹਿ ਤਾਂ ਰਹੇ ਆ ਰਹੀ ਆਪਣੀ ਬਸ ਵਾਰੀ ਹੁਣ ਬਸ ਰੱਖਣ ਲੱਗੇ ਹੁਣ ਸਾਡੀ ਪਲੇਟ 'ਚ ਗੋਲ ਗੁੱਪਾ ਰੱਖ ਦਿਓ ਬਾਬਾ ਜੀ ਜਿਵੇਂ ਜਿਵੇਂ ਗਰਮੀ ਘੱਟਦੀ ਜਾ ਰਹੀ ਆ ਉਵੇਂ ਬਾਪੂ ਜੀ ਕੋਲ ਰਸ਼ ਵੱਧਦਾ ਜਾ ਰਿਹਾ ਲੋ ਜੀ ਹੋਰ ਗਾਹਕ ਆਉਣੇ ਸ਼ੁਰੂ ਹੋਈ ਜਾਂਦੇ ਆ ਅਤੇ ਬਾਪੂ ਇਕੱਲੇ ਕੋਲ ਹੈਂਡਲ ਨਹੀਂ ਹੁੰਦੇ ਗਾਹਕ ਹੁਣ ਬਾਪੂ ਨੂੰ ਇੱਕ ਬੰਦਾ ਚਾਹੀਦਾ ਨਾਲ ਦੇਖੀ ਆ ਦੋ ਬੰਦੇ ਜ਼ਰੂਰ ਚਾਹੀਦੇ ਨਾਲ ਦੇਖੋ ਹਾਂ ਦੇਖ ਸਕਦੇ ਵੈਸੇ ਤੁਸੀਂ ਬਾਪੂ ਕੋਲ ਫੁੱਲ ਰਸ਼ ਹੈਗਾ ਜੇ ਅਤੇ ਉਹ ਲੱਗ ਜਿਹੜਾ ਹੈਗਾ ਆਪਣਾ ਭਈਆ ਜੈ ਮਾਤਾ ਉੱਥੇ ਠੀਕ ਹੀ ਜੇ ਰਸ਼ ਮੇਰੀ ਖੁਦ ਦੀ ਵਾੜੀ ਅੱਧੇ ਘੰਟੇ ਬਾਅਦ ਆਈ ਜੇ ਅਤੇ ਜੇ ਆਉਣਾ ਵਾ ਤਾਂ ਖੁੱਲ੍ਹਾ ਟਾਈਮ ਕੱਢ ਕੇ ਆਇਓ ਉਹ ਹਿਸਾਬ ਨਾਲ 5 ਮਿੰਟ ਖਲੋ ਕੇ ਚਲ ਗਏ ਠੀਕ ਆ ਅਤੇ ਟਾਈਮ ਥੋੜ੍ਹਾ ਤਾਂ ਮਿਲਦੇ ਤੁਹਾਨੂੰ ਹੁਣ ਘਰ ਜਾ ਕੇ ਠੀਕ ਆ ਸੈਲਫੀ ਲੈ ਲਈਏ ਬਾਪੂ ਨਾਲ ਮੰਨਣਾ ਤਾਂ ਪੈਣਾ ਬਾਪੂ ਕੋਲ ਰਸ਼ ਤਾਂ ਪੂਰਾ ਫੁੱਲ ਹੈਗਾ ਸੀ ਅਤੇ ਬਾਕੀ ਕਮੈਂਟ ਹੋਏ ਤੁਸੀਂ ਆਪਣੀ ਰਾਏ ਦਿਓ ਅਤੇ ਦੱਸਿਓ ਬਾਕੀ ਟੇਸਟ ਵੀ ਠੀਕ ਸੀ
तो तुहानू दस्सो टेस्ट किवें दा लगा, कमेंट विच अपनी राय तुसीं जरूर दिओ ते दस्सिओ तुहानू की लगता वा। तो मिलते आपां तुहानू फिर नैक्सट व्लॉग दे। लव यू आल, कीप सपोर्टिंग, ते वीडियो नू शेयर जरूर कर दिओ, ठीक है, मेरे लिए नहीं बापू लिए, ठीक है, चलो मिलते हैं फिर।